ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸ਼੍ਰੀ ਗੋਇੰਦਵਾਲ ਸਾਹਿਬ, ਤਹਿਸੀਲ ਖੰਡੂਰ ਸਾਹਿਬ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਦੋਸਤੋ, ਵੀਰਪੁਰ ਸੇਵਕ ਦੇ ਕੋਲ। ਅਤੇ ਪਸ਼ੂ ਦੋਸਤੋ ਅੱਜ ਵੀ ਆਪਾਂ ਤੁਹਾਨੂੰ ਚਾਰ ਦਿਖਾ ਦੇਣੇ ਇਸ ਘਰੋਂ, ਠੀਕ ਹੈ ਜੀ। ਮੱਝਾਂ ਝੋਟੀਆਂ ਦਿਖਾ ਦਾਂਗੇ, ਚਾਰੇ ਚਾਰੇ ਨਗ ਸੋਏ ਸਵਾਏ ਆ, ਠੀਕ ਆ ਜੀ। ਪਸ਼ੂ ਆਓ, ਤਸੱਲੀ ਕਰੋ, ਦੋ ਡੰਗ ਚੁਆਈ ਕਰੋ, ਠੀਕ ਆ ਜੀ, ਅਤੇ ਤਸੱਲੀ ਕਰੋ। ਗੱਭਣ ਪਸ਼ੂ ਜਿਹੜਾ ਦੋਸਤੋ ਤਿੱਪ ਕੇ ਤਸੱਲੀ ਕਰ ਲਓ, ਸੋਏ ਸਵਾਏ ਦੀ ਚੁਆਈ ਕਰਕੇ ਕਰ ਲਓ, ਠੀਕ ਹੈ ਜੀ। ਅਤੇ ਔਨਲਾਈਨ ਕਿਸੇ ਵੀਰ ਨੇ ਮੰਗਾਉਣਾ ਆਪੋ ਆਪਣੀ ਸਿਰਦਰਦੀ ਅਤੇ ਮੇਰਾ ਵੀਰ ਕੋਈ ਪਸ਼ੂ ਮੰਗਾਇਆ ਕਰੋ। ਬਹੁਤੇ ਵੀਰ ਪਸ਼ੂ ਮੰਗਾ ਕੇ ਦੋਸਤੋ ਬਾਅਦ ਵਿੱਚ ਤੁਸੀਂ ਲਾਂਭੇ ਦਿੰਦੇ ਹੋ, ਅਤੇ ਇਸ ਕਰਕੇ ਪਹਿਲਾਂ ਤਸੱਲੀ ਕਰਿਆ ਕਰੋ। ਹੱਥ ਜੋੜ ਕੇ ਬੇਨਤੀ ਹੁੰਦੀ ਹੈ ਮੇਰੀ ਅਤੇ ਬਾਕੀ ਅੱਗੇ ਹਰ ਇੱਕ ਦੀ ਆਪੋ ਆਪਣੀ ਸੋਚ ਸਮਝਿਆ ਤੁਹਾਡੀ। ਆ ਜਾਓ ਕਰਦੇ ਹਾਂ ਗੱਲਬਾਤ ਵੀਰ ਗੁਰਸੇਵਕ ਦੇ ਨਾਲ, ਪੁੱਛ ਲੈਂਦੇ ਹਾਂ ਕੀ ਡਿਟੇਲ ਆ ਜੇ ਇਹਨਾਂ ਪਸ਼ੂਆਂ। ਸਭ ਤੋਂ ਪਹਿਲਾਂ ਵੀਰ ਗੁਰਸੇਵਕ ਸਿੰਘ, ਕੀ ਹਾਲ ਚਾਲ ਨੇ? ਅੱਛਾ ਗੁਰਸੇਵਕ ਭਾਈ, ਸੂਆ ਕਿੰਨਾ ਸੂਈ ਹੈ? ਸੂਆ ਵੀਰ ਜੀ ਘਰ ਵਾਲੇ ਤੇ ਦੂਜਾ ਆਉਂਦੇ ਤੇ ਤੀਜਾ ਮੰਨ ਕੇ ਚਲੋ, ਠੀਕ ਹੈ ਜੀ। ਹਾਂਜੀ, ਦੂਜਾ ਸੂਆ ਦੋਸਤੋ ਵੀਰ ਨੇ ਖਰੀਦੀ ਹੈ, ਵਿਕਰੀ ਵਾਲੇ ਪਸ਼ੂ ਆ, ਕੋਈ ਸੂਆ ਆਪਦੇ ਸਮਝਣਾ ਮੰਨ ਸਕਦਾ, ਠੀਕ ਆ। ਬਹੁਤੇ ਵੀਰ ਕਮੈਂਟ ਵੀ ਕਰਦੇ ਆ, ਉਹ ਦੋਸਤੋ ਤੁਹਾਡੀ ਸਮਝ ਆਪੋ ਆਪਣੀ, ਅਤੇ ਸੂਆ ਦੂਜਾ ਮੰਨ ਲਓ, ਤੀਜਾ ਮੰਨ ਲਓ, ਠੀਕ ਹੈ ਜੀ। ਦੂਜੇ 'ਚ ਇਹੀ ਆ ਕੋਈ ਤੀਜਾ ਮੰਨ ਕੇ ਸੌਦਾ ਕਰ ਲਏ। ਬਾਕੀ ਵੱਡੀ ਮੱਝ ਆ, ਪਿੱਠ ਪੁੱਠੇ ਦੀ ਵੇਖੋ ਤੁਸੀਂ, ਚੌੜੀ ਆ, ਕਾਫੀ ਵਜਨ ਲੋੜ ਵਾਲੀ ਆ, ਠੀਕ ਹੈ ਜੀ। ਅਤੇ ਦਿਨ ਕਿੰਨੇ ਹੋ ਗਏ ਸੂਈ ਨੂੰ? ਇਹ ਸੰਧੂ ਸਾਹਿਬ ਪਰਸੋਂ ਸੂਈ ਹੈ ਜੀ। ਠੀਕ ਹੈ ਜੀ, ਪਰਸੋਂ ਸੂਈ ਹੈ। ਬੱਚਾ ਵੀਰ ਸੇਵਕ ਕੀ ਆ ਗਿਆ? ਕੱਟਾ ਹੀ ਆ। ਲਓ ਜੀ, ਆਹ ਮੇਲ ਕਾਫ ਆ ਜੀ, ਥੱਲੇ ਬੱਚਾ ਅੱਜ ਤੀਜੇ ਦਿਨ ਦਾ, ਠੀਕ ਹੈ ਜੀ। ਤਿੰਨ ਦਿਨ ਹੋ ਗਿਆ ਸੂਈ ਨੂੰ। ਅਤੇ ਅੱਛਾ ਗੁਰਸੇਵਕ, ਬੋਲਾ ਵੀਰ ਕੋਈ ਦੋ ਡੰਗ ਚਵਾਈ ਕਰੀ ਆ, ਕਿੰਨਾ ਕੁ ਬੋਲਾ ਕਾਊਂਟ ਕੀਤਾ ਜੀ? ਬੋਲਾ ਵੀਰ ਜੀ ਹੋਊਗੇ 7 ਕੁ ਲੀਟਰ। ਅੱਛਾ, 7 ਮੰਨ ਲਏ, 8 ਮੰਨ ਲਏ। ਅੱਛਾ, ਅਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਪਸ਼ੂ 15 ਕੁ ਦਿਨ ਦੁੱਧ 'ਤੇ ਜਾ ਕੇ ਚੱਲਦਾ ਜੋ। ਹਾਂਜੀ, ਐਵੇਂ ਆਪਾਂ ਝੂਠ ਮਰ ਗਈ ਵੀ 10 ਕਿਲੋ ਬੋਲਾ ਬਹੁਤ ਦਾ ਫਾਇਦਾ ਕੋਈ ਨਹੀਂ ਆ। ਅੱਛਾ ਗੁਰਸੇਵਕ ਭਾਈ, ਸਿੰਘ ਫਿਕਸ ਹੈ ਕਿ ਪੱਕੇ ਹਿਲਦੇ ਵੀ? ਇਹ ਫਿਕਸ ਹੈ ਵੀ, ਫਿਕਸ ਆ। ਹਾਂਜੀ, ਢੇਲੀ ਆ ਜੀ, ਠੀਕ ਹੈ, ਢੇਲੀ ਮੱਝ ਆ ਦੋਸਤੋ, ਆਹ ਤੁਸੀਂ ਦੇਖ ਸਕਦੇ ਜੀ, ਠੀਕ ਹੈ। ਬਾਕੀ ਵਜਨ ਵੇਟ ਵਾਲੀ ਮੈਂ ਆ, ਮੰਨ ਲਓ ਵੀ ਧੱਕ ਥੋੜ੍ਹੀ ਗਾਂ ਵਾ। ਬਾਕੀ ਚਵਾਈ ਚਵਾਈ ਸੰਧੂ ਸਾਹਿਬ 1 ਨੰਬਰ ਲੱਗੀ ਆ। ਅੱਛਾ, ਚਵਾਈ ਦੀ ਆਪਣੀ ਗਰੰਟੀ ਹੋਊਗੀ ਥਣਾਂ ਦੀ, ਔਨਲਾਈਨ ਵੀ ਮੰਗਾਉਂਦਾ ਨਾ, ਆਪਣੀ ਗਰੰਟੀ ਹੋਊਗੀ ਚਵਾਈ ਦੀ ਅਤੇ ਥਣਾਂ ਦੀ, ਠੀਕ ਹੈ। ਜੇ ਮੰਨ ਲਓ ਵੀ ਥਣਾਂ 'ਚ ਕੋਈ ਨੁਕਸ ਹੋਵੇ ਚਵਾਈ 'ਚ ਟਾਇਟ ਹੋਵੇ, ਅਤੇ ਉਹ ਆਪਾਂ ਵਾਪਸੀ ਲਵਾਂਗੇ, ਕਿਰਾਇਆ ਬਣਾਉਂਗੇ ਜੀ। ਬਿਲਕੁਲ, ਹਾਂਜੀ, ਅੱਗੇ ਉਹ ਤਾਰਾ ਮਾਰ ਕੇ ਦੱਸ ਦਿੰਦੇ ਵੀਰਾਂ ਨੂੰ। ਬਿਲਕੁਲ ਜੀ, ਠੀਕ ਆ। ਸੋ ਚਵਾਈ ਜਿਹੜੀ ਦੋਸਤੋ 1 ਨੰਬਰ ਆ, ਠੀਕ ਆ। ਵੀਰਾਂ ਦਾ ਵੀ ਕਿਸੇ ਪਾਸੇ ਕੋਈ ਫਰਕ, ਕੋਈ ਕਿੰਤੂ ਪਰੰਤੂ ਵਾਲੀ ਗੱਲ ਨਹੀਂ ਵੈਸੇ ਨਿਕਲਦੀ ਗੀ, ਚਵਾਈ ਕਰ ਲਿਓ। ਬਾਕੀ ਤੁਸੀਂ ਵੀ ਬੋਲੇ 'ਤੇ ਚੱਲਣ ਡੇ ਆ, ਕੋਈ 7 ਲੀਟਰ ਦੇ ਲਾਗੇ ਤੱਕ ਜਿਹੜਾ ਤੇਰੇ ਕੋਲ ਬੋਲਾ ਹਾਜ਼ਰ ਆ ਅੱਜ, ਠੀਕ ਆ। ਤੀਜੇ ਦਿਨ ਦੀ ਸੂਈ ਆ, ਖੋਲ੍ਹ ਕੇ ਦਿਖਾ ਦਿਓ ਵੀਰ ਸੇਵ, ਠੀਕ ਆ। ਬਾਕੀ ਮੱਝ ਡਬਲ ਆ ਪੂਰੀ, ਠੀਕ ਆ ਜੀ। ਬੈਕ ਸਾਈਡ ਤੋਂ ਵੀ ਤੁਹਾਨੂੰ ਦਿਖਾਉਂਦੇ ਹਾਂ, ਪੂਰੀ ਵਜਨ ਲੋੜ ਵਾਲੀ ਆ, ਪੂਰੀ ਡਬਲ ਮੱਝ, ਠੀਕ ਆ, ਭਾਰੀ ਆ ਪੂਰੀ। ਬਾਕੀ ਜਵਾਬ ਸਮਾਨ ਜਿਹੜਾ ਦੋਸਤੋ 1 ਨੰਬਰ ਆ, ਠੀਕ ਆ। ਪੋਲੀ ਚਵਾਈ ਆ, ਕੋਈ ਵੀਰ ਚਵਾਈ ਵਾਲੇ ਪਸ਼ੂ ਦੀ ਘੱਟੋ ਘੱਟ ਵੀ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ, ਠੀਕ ਹੈ ਜੀ। ਸੋ ਆਪਣਾ ਕੰਮ ਜਿਹੜਾ ਦੋਸਤੋ ਦਿਖਾਉਣ ਦਾ, ਬਾਕੀ ਹਾਈਟ ਖਾਦ ਅਤੇ ਚੀਜ਼ ਤੁਹਾਨੂੰ ਦਿਖਾ ਸਕਦੇ ਹਾਂ, ਠੀਕ ਆ।
ਉਸ ਤੋਂ ਬਾਅਦ ਪੂਰੀ ਜਵਾਈ ਕਰਨੀ ਆ, ਦੋ ਡੰਗ ਤਿੰਨ ਟਾਈਮ ਖਾਲੀ ਕਰਕੇ ਇੱਕ ਟਾਈਮ ਦੋ ਟਾਈਮ ਦੀ ਜਵਾਈ ਕਰਨੀ ਆ ਥੋਡੇ 'ਤੇ ਹੈਗਾ, ਠੀਕ ਆ। ਸੇਵਕ ਬਾਈ ਕੀ ਮੁੱਲ ਕੀ ਕਰਦੇ ਸਰ? ਮੁੱਲ ਵੀ ਜਿੰਨਾ ਮਰਜ਼ੀ ਬਾਈ, ਭਾਵੇਂ ਆਪਾਂ 90 ਕਰੀਏ 85 ਕਰੀਏ ਉਹਦਾ ਫਾਇਦਾ ਕੋਈ ਨਹੀਂ ਆ। ਹਾਂ ਨਾ ਵੀ ਜੀ 84,000 ਦੀ ਉਹ 'ਚ ਮਾਨਦਾਨ ਕਰਾਂਗੇ। ਬਿਲਕੁਲ ਜੀ ਬਿਲਕੁਲ, 84,200 ਲੈ ਦੇ ਆ, ਠੀਕ ਹੈ। ਜੇ ਜਵਾਈ 'ਚ ਮੈਂ ਮਾੜੀ ਨਿਕਲੇ ਆਪਣੀ ਜ਼ਿੰਮੇਦਾਰੀ ਹੋ ਗਈ ਬਾਈ ਜੀ। ਠੀਕ ਹੈ ਭਰਾ, ਹਾਂਜੀ ਲਓ ਜੀ ਤਾਰਾ ਮਾਰ ਲਈ। ਠੀਕ ਹੈ ਜੀ, ਅਗਲੀ ਮਾਝੇ ਦੀ ਝੋਟੀ ਦੀ ਕੀ ਡਿਟੇਲ ਆ ਜੀ? ਇਹ ਕੀ ਡਿਟੇਲ ਆ ਜੀ, ਕਿੰਨਾ ਸੂਆ ਸੂਈ, ਕਿੰਨੇ ਦਿਨ ਹੋ ਗਏ? ਪਹਿਲਾ ਸੂਆ ਸੂਈ ਹੈ ਵੀ ਜੀ। ਪਹਿਲਾ ਸੂਆ ਸੂਈ ਆ ਤੇ ਕਿੰਨੇ ਕੁ ਦਿਨ ਹੋ ਗਏ? ਆਹ ਬੱਚਾ ਜੀ ਇਹਦਾ ਕੱਟਾ ਹੀ ਇਹਦੇ ਮਗਰ ਵੀ ਕੱਟਾ ਹੀ ਇਹਦੇ ਮਗਰ ਪੂਰਾ ਕੱਟਾ ਮੇਲ ਕਾਫ ਆ ਥੱਲੇ, ਆਹ ਦੇਖ ਸਕਦੇ ਹੋ। ਯਾਨੀ ਕੋ 15-12 ਦਿਨਾਂ ਦਾ ਬੱਚਾ ਹੋਊਗਾ, 15 ਦਾ ਲਾਲੇ ਵੀਰ ਆਪਦੀ ਸਮਝ ਨਾ ਲਵੇ ਕੋਈ ਵੀਰ। ਠੀਕ ਹੈ ਜੀ, ਜਿਹੜਾ ਦੁੱਧ ਇਹਦਾ ਪੱਕਾ ਲੀਟਰ ਵਾਲਾ ਵਾ, ਠੀਕ ਹੈ ਜੀ, 9 ਲੀਟਰ ਦੁੱਧ ਮੰਨੇ ਕੋਈ ਵੀਰ, ਆਪਾਂ 8 ਦੀ ਗਰੰਟੀ ਦਿੰਦੇ ਹਾਂ। 9 ਤੋਂ ਬਾਹਰ ਹੀ ਹੋਊਗਾ, ਯਾਨੀ ਕਿ 8 ਲੀਟਰ ਦੀ ਗਰੰਟੀ ਦਿੰਦੇ ਹਾਂ, 4 ਹੋਊਗਾ। ਬਾਕੀ ਤੁਹਾਨੂੰ ਪਤਾ ਲੱਗ ਹੀ ਜਾਣਾ ਪਹਿਲਾਂ ਝੋਟੀ ਹੈ ਬਾਕੀ। ਠੀਕ ਹੈ, ਪਹਿਲਾਂ ਝੋਟੀ ਆ ਦੋਸਤੋ, 15 ਦਿਨਾਂ ਦੀ ਸੂਈ ਆ, ਠੀਕ ਆ, ਮਗਰ ਮੇਲ ਘਾਫਾ ਥੱਲੇ ਬੱਚਾ ਕੱਟਾ ਆ, ਠੀਕ ਆ, ਅਤੇ ਪਹਿਲਾਂ ਝੋਟੀ ਆ, ਫੇਸ ਕੁਆਲਿਟੀ ਦੇਖ ਲਓ, ਠੀਕ ਆ ਜੀ। 8 ਕਿਲੋ ਕੋਈ ਮੰਨ ਕੇ ਵੀਰ ਸੌਦਾ ਕਰ ਸਕਦਾ, 8 ਕਿਲੋ ਜੀ ਨਾ? ਹਾਂ, 8 ਕਿਲੋ ਤੋਂ ਉੱਪਰ ਹੋਊਗਾ, ਆਪਣੀ 8 ਲੀਟਰ ਦੀ ਗਰੰਟੀ ਹੈ। ਅੱਛਾ, ਹਾਂਜੀ ਲਓ ਜੀ, ਉਹ ਤਾਂ 9 ਹੀ ਹੋਊਗਾ, ਠੀਕ ਹੈ ਜੀ, 8 ਕਿਲੋ, ਠੀਕ ਆ ਜੀ, ਬਿਲਕੁਲ ਗਰੰਟੀ ਵਾਲਾ ਦੁੱਧ ਆ। ਦੁੱਧ ਹੋਵੇ ਨਾ ਹੋਵੇ ਤਾਂ ਵੱਧ ਹੀ ਆ, ਖੋਲ੍ਹ ਕੇ ਵੀ ਤੋੜ ਦਈਏ ਜੀ, ਠੀਕ ਆ। ਅਤੇ ਪਹਿਲਾਂ ਝੋਟੀ ਸੂਈ ਆ, ਠੀਕ ਆ ਜੀ, ਬਹੁਤੇ ਵੀਰ ਡਿਮਾਂਡ ਵੀ ਕਰਦੇ ਪਹਿਲਾਂ ਝੋਟੀ ਦੂਜੇ ਦੇ ਸੂਏ ਝੋਟੀ ਖਰੀਦਣ ਦੀ, ਅਤੇ ਪਹਿਲਾਂ ਝੋਟੀ ਤੁਸੀਂ ਆ ਖਰੀਦ ਸਕਦੇ ਜੀ, ਠੀਕ ਆ। ਫਾਈਟ ਮੀਡੀਅਮ ਆ, ਠੀਕ ਆ, ਝੋਟੀ ਬਿਲਕੁਲ ਨਵੀਂ ਆ ਦੋਸਤੋ, ਪਹਿਲਾ ਸੂਆ, ਕਿਉਂਕਿ ਝੋਟੀਆਂ ਜਗ੍ਹਾ ਬਣਨਾ, ਠੀਕ ਆ, ਵਧਣਾ ਫੁੱਲਣਾ ਝੋਟੀ ਨੇ ਆ, ਦੂਜੇ ਸੂਬੇ ਤੀਜੇ ਸੂਬੇ ਵੱਡੀ ਮੱਝ ਬਣ ਜੂਗੀ, ਵੈਸੇ ਪਹਿਲਾਂ ਝੋਟੀ ਆ, ਠੀਕ ਆ ਜੀ, ਬਿਲਕੁਲ ਨਵੀਂ, ਠੀਕ ਆ, ਅਤੇ ਵੈਸੇ ਦੰਦਾਂ 'ਚ ਵੀ ਪੂਰੀ ਹੋ, ਮੈਨੂੰ ਲੱਗਦਾ ਵੀ ਦੰਦਾਂ 'ਚ ਹੀ ਹੋਵੇਗੀ ਝੋਟੀ ਇਹਦੇ, ਠੀਕ ਆ, ਬਾਕੀ ਦੰਦ ਖੂਨ ਦੀ ਕੁਆਲਿਟੀ ਚੰਗੀ ਆ, ਠੀਕ ਆ। ਤੋਰ ਲਈਏ ਵੀਰ ਜੀ, ਤੁਰ ਬੱਚਾ ਆ ਗਿਆ ਬਾਬਾ ਥੱਲੇ, ਆ ਮਗਰ ਕੱਟਾ ਠੀਕ ਆ ਜੀ। ਮਿੱਠੀ ਆ, ਠੰਡੀ ਆ, ਸੀਲ ਸਾਊ ਪੂਰੀ ਆ, ਠੀਕ ਆ ਜੀ, ਅਤੇ ਰੇਟ ਵੀਰ ਨੇ ਦੱਸਤਾ, ਬਾਕੀ ਤਸੱਲੀ ਕਰ ਲਿਓ। ਅਗਲੀ ਝੋਟੀ ਦੀ ਇਹਦੀ ਬਾਬਾ ਕੀ ਡਿਟੇਲ? ਠੀਕ ਆ ਜੀ, ਇਹ ਵੀ ਝੋਟੀ ਪਹਿਲੇ ਸੂਏ ਸੂਈ ਆ, ਵੱਡੇ ਕੱਦ ਕੱਢਦੀ ਆ, ਦਿਨ ਕਿੰਨੇ ਕੁ ਹੋ ਗਏ ਨੂੰ? ਦਿਨ ਇਹਦਾ ਵੀ ਜੀ ਆਹ ਬੱਚਾ ਜੋ 20 ਕੁ ਦਿਨਾਂ ਦਾ ਬੱਚਾ ਨਾਲ, ਉਹਦੇ 20 ਕੁ ਦਾ ਹੋਊਗਾ। ਲਓ ਜੀ,
ਵੀਹਾਂ ਦਿਨਾਂ ਦਾ ਦੋਸਤੋ ਬੱਚਾ ਤੁਸੀਂ ਮੰਨ ਲਿਓ ਠੀਕ ਆ ਵੀਹਾਂ ਦਿਨਾਂ ਦਾ ਮਗਰ ਕੱਟਾ ਹੀ ਹੈ ਜੀ ਹਾਂਜੀ ਕੱਟਾ ਹੀ ਹੈ ਜੀ ਠੀਕ ਹੈ ਕੱਟੀ ਹੈ ਫੀਮੇਲ ਆ ਜੀ ਕੱਟੀ ਹੈ ਠੀਕ ਆ ਤੀਸਰੇ ਨੰਬਰ 'ਤੇ ਜਿਹੜੀ ਦੋਸਤੋ ਆਪਾਂ ਝੋਟੀ ਦਿਖਾਈ ਹੈ ਤੁਹਾਨੂੰ ਇਹ ਮਗਰ ਫੀਮੇਲ ਆ ਪੰਦਰਾਂ ਦਿਨਾਂ ਦਾ ਵੀਹਾਂ ਦਿਨਾਂ ਦਾ ਇੱਥੇ ਕਿ ਤੁਸੀਂ ਸੁਬਹਾ ਮੰਨ ਲਿਓ ਠੀਕ ਆ ਪਹਿਲਾਂ ਸੁਬਹਾ ਸੂਈ ਹੈ ਝੋਟੀ ਆ ਅਤੇ ਆਹ ਝੋਟੀ ਜੀ ਫੇਸ ਕੁਆਲਿਟੀ ਹੈ ਜੀ ਆਹ ਦੇਖੋ ਮਗਰਲੇ ਬਣੇ ਜੇ ਥਾਂ ਚੋ ਧਾਰ ਵੀ ਘੱਟ ਹੋਵੇ ਆਪਾਂ ਮੈਂ ਵਾਪਸ ਲਵਾਂਗੇ ਸੰਧੂ ਸਾਹਿਬ ਝੋਟੀ ਜੇ ਇੱਕ ਧਾਰ ਦਾ ਵੀ ਫਰਕ ਹੋਊਗਾ ਨਾ ਤੇ ਆਪਾਂ ਝੋਟੀ ਵਾਪਸ ਲਵਾਂਗੇ ਕਿਰਾਇਆ ਵੀ ਆਪਣਾ ਹੋਊਗਾ ਬਾਅਦ ਚੋ ਕੋਈ ਵੀਰਿਆਂ ਲਾਮਾ ਦੂਗਾ ਤਾਂ ਫਾਇਦਾ ਕੋਈ ਨਹੀਂ ਅੱਛਾ ਜੀ ਲਓ ਜੀ ਸਾਈਡ ਬੇਸ਼ੱਕ ਦੋਸਤੋ ਉਲਟ ਪੈਣੀ ਲਈ ਰੱਖਦੀ ਹੈ ਪਰ ਧਾਰ ਦਾ ਕੋਈ ਫਰਕ ਨਹੀਂ ਹੈਗਾ ਠੀਕ ਹੈ ਜੀ ਉਹ ਵੀਰ ਨੇ ਦੱਸਤਾ ਬਾਕੀ ਦੱਸੇ ਮੁਤਾਬਕ ਤੁਹਾਨੂੰ ਤਸੱਲੀ ਵੀ ਜਿਹੜੀ ਦੋਸਤੋ ਕਰਵਾਊਗਾ ਬਾਕੀ ਤੁਸੀਂ ਵੀ ਆਪਦੀ ਤਸੱਲੀ ਕਰ ਸਕਦੇ ਹੋ ਠੀਕ ਹੈ ਇਹ ਨਹੀਂ ਹੈਗਾ ਵੀ ਕੋਈ ਸਾਈਡ ਰੱਖ ਲਈ ਤਾਂ ਕੋਈ ਫਰਕ ਹੋਊਗਾ ਠੀਕ ਹੈ ਕੱਦ ਕੁੱਦ ਦੀ ਪੂਰੀ ਹੈ ਜੀ ਠੀਕ ਹੈ ਵੱਡੇ ਕੱਦ ਦੀ ਹੈ ਠੀਕ ਹੈ ਜੀ ਚਵਾਈ ਚੁਵੀ ਚੰਗੀ ਹੈ ਬਿਲਕੁਲ ਓਕੇ ਓਕੇ ਵੀਰ ਜੀ ਚਵਾਈ ਠੀਕ ਹੈ ਕੀ ਮੁੱਲ ਨਾ ਹੀ ਜਿਆਦੀ ਪੋਲੀ ਨਾ ਹੀ ਟੈਟ ਹੀ ਆ ਮੁੱਲ ਕੀ ਕਰਦੇ ਆ ਜੀ ਇਹਦਾ ਵੀਰ ਜੀ ਆਪਾਂ 3-70 ਦੀ ਦੇ ਦਾਂਗੇ ਜੇ ਮਾਨ ਤਾਨ ਕਰਦੇ ਆ 3-70 ਦੀ ਹਾਂਜੀ ਠੀਕ ਹੈ ਜੀ ਝੋਟੀ ਵੀ ਕੱਦਕਾਰ ਹਲੀ ਆ ਪਤਲੀ ਚਮੜੀ ਦੀ ਝੋਟੀ ਅਸੀਂ ਮੰਨ ਲਓ ਇਹ ਕਰਾਂਗੇ ਸੇਵਾ ਸੁਭਾ ਹੋ ਗਈ ਚਾਰ ਦਿਨ ਤੇ ਆਪੇ ਦੁੱਧ ਤੇ ਆ ਜੂ ਬਿਲਕੁਲ 3-70 ਦੀ ਇਹਨਾਂ ਦੁੱਧ ਹੀ ਬੜਾ ਵਾ 67,000 ਦੀ ਦੋਸਤ ਹੋ ਜੂਗੀ ਠੀਕ ਆ ਠੀਕ ਹੈ ਤੇ ਇਸ ਤੋਂ ਬਾਅਦ ਵੀਰ ਸੇਵਕ ਅਗਲੀ ਮੱਝ ਆਪਣੇ ਕੋਲ ਇਹ ਵੀਰ ਜੀ ਆ ਵੱਡੀ ਮੈਂ ਹੈਗੀ ਆ ਜੀ ਸਮਝਣਾ ਕੋਈ ਲਵੇ ਠੀਕ ਹੈ ਨਾ ਜੀ ਜਿੱਦਣ ਆਪਾਂ ਵੀਡੀਓ ਪਾਈ ਉਦੋਂ ਸੂਈ ਹੀ ਮੈਂ ਕਿੰਨੇ ਦਿਨ ਹੋ ਗਏ ਸੂਈ ਨੂੰ 10-12 ਦਿਨ ਜਿਹੜੇ ਵੀਰ ਨੇ ਖੜਦੇ ਹੋਊਗੀ ਆਪਾਂ ਪਿਛਲੀ ਵੀਡੀਓ ਚ ਵੀ ਬੇਨਤੀ ਕੀਤੀ ਸੀ ਠੀਕ ਹੈ ਨਾ ਹਾਂਜੀ ਕਿਉਂ ਆਪਾਂ ਧਲਿਆਰ ਵਾਲਾ ਕੇ ਸੰਗਲ ਪਾਤਾ ਕੋਈ ਚੱਕਰ ਨੀ ਜੇ ਵੀ ਗੁਦਾਸ ਵੀ ਸਾਤਾ ਜੇ ਨਾ ਵੀ ਘਰੇ ਲਾਣਾ ਕੋਈ ਚੱਕਰ ਲਓ ਜੀ 10 ਕਿਲੋ ਹਾਜ਼ਰ ਦੁੱਧ ਆ ਠੀਕ ਆ ਬਾਕੀ ਦਿਨ ਥੋੜਿਆਂ ਦੀ ਸੂਈ ਹੈ ਕੋਈ 8-7 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਠੀਕ ਹੈ ਜੀ ਤੇ ਥੱਲੇ ਮੇਲ ਕਾਫ ਆ ਗਿਆ ਨੀਲੀ ਦਾ ਵੀ ਤਾਂ ਜੀ ਨੀਲੀ ਦਾ ਵੀ ਕੱਟੀ ਹੈ ਇਹ ਕੱਟੀ ਆ ਗਈ ਠੀਕ ਹੈ ਜੀ ਮਗਰ ਬੱਚਾ ਫੀਮੇਲ ਕਾਫ ਆ ਮਗਰ ਕੱਟੀ ਆ ਆਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਪਰ ਮੂੰਹ ਗਏ ਹੋਏ ਤਾਂ ਲਓ ਜੀ ਸੰਧੂ ਸਾਹਿਬ ਬੇਨਤੀ ਇਹ ਆ ਵੀ ਜਿਹੜਾ ਵੀਰ ਕੋ ਤਸੱਲੀ ਕਰਨਾ ਹੋਊਗਾ ਨਾ ਤੇ ਜੇ ਮੈਂ ਕੋਈ ਲੱਤ ਚੋਕੇ ਚੋ ਮਹੀਆਂ ਚੋ ਲੱਤ ਚੋਕੇ ਦੂਜੇ ਬਣੇ ਰੱਖ ਕੇ ਮੈਂ ਆਪਾਂ ਮੁਕਤੀ ਦੇ ਦਾਂਗੇ ਜੇ ਕਿਤੇ ਗਰੰਟੀ ਦੇ ਮੰਗਾਉਣੀ ਆਪਣੀ ਗਰੰਟੀ ਦੇ ਤਾਂ ਵੀ ਆਪਾਂ ਫੁੱਲ ਗਰੰਟੀ ਦੇ ਕੇ ਘੱਲਾਂਗੇ ਜਿਹੜੇ ਵੀਰ ਨੇ ਗਰੰਟੀ ਦੇ ਮੈਂ ਮੰਗਾਉਣੀ ਹਾਂਜੀ ਚਲੋ ਜੀ ਬੋਲ ਕੇ ਦਿਖਾਈ ਸੋ ਵੱਡੇ ਕੱਦਕਾਰ ਦੀ ਦੋਸਤੋ ਸੂਆ ਕੋਈ ਵੀਰ ਦੂਜਾ ਮੰਨ ਲੈ ਤੀਜਾ ਮੰਨ ਲੈ ਠੀਕ ਹੈ ਜੀ
ਤੇ 8-7 ਦਿਨਾਂ ਦੀ ਸੂਈ ਆ, 10 ਕਿਲੋ ਦੁੱਧ ਹਾਜ਼ਰ, ਤੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਆਪਦੀ ਘਰ ਵਿਜਿਟ ਕਰਕੇ, ਠੀਕ ਹੈ ਜੀ। ਤੇ ਪਸ਼ੂ ਅੱਜ ਸਾਰੇ ਚੰਗੇ ਆ, ਝੋਟੀਆਂ ਮੱਝਾਂ ਵੀਰ ਦੇ ਕੋਲ ਅੱਜ ਹਾਜ਼ਰ ਆ। ਪੂਰੀ ਵੱਡੀ ਜਹਾਜ਼ ਹੀ ਹੈਗੇ ਲਓ ਜੀ, ਠੀਕ ਆ। ਇਹ ਮੱਝ ਵੀ ਵੀਰ ਦੇ ਕੋਲ ਹਾਜ਼ਰ ਆ, ਪਿਛਲੀ ਵੀਡੀਓ ਦੇ ਵਿੱਚ ਪਾਈ ਸੀ ਦੋਸਤੋ ਕਿ 1-2 ਦਿਨ ਹੀ ਹੋਏ ਸੀ ਸੂਈ ਨੂੰ, ਠੀਕ ਹੈ ਜੀ। ਅਤੇ ਬਿਲਕੁਲ ਤਾਜ਼ੀ ਸੂਈ ਸੀ ਉਦੋਂ 2 ਦਿਨਾਂ ਦੀ, ਅਤੇ ਅੱਜ ਫਿਰ ਬਿਲਕੁਲ ਦੁੱਧ 'ਤੇ ਜਲਦੀ ਪਈ ਆ, 10 ਲੀਟਰ ਹਾਜ਼ਰ ਆ। ਅਤੇ ਵੀਰ ਵੀ ਆਉਂਦਾ ਸੀ ਵੀ ਚੰਗਾ ਖੁੱਲ੍ਹਾ ਦੁੱਧ ਪਾ ਦੂੰਗੀ, ਠੀਕ ਹੈ, ਵੀ 12-13-14 ਲੀਟਰ ਦੁੱਧ ਜਿਹੜਾ ਪਾ ਦਿਓਗੀ, ਠੀਕ ਹੈ। ਅਤੇ ਕੀ ਮੁੱਲ ਕਰਦੇ ਆ ਬਾਬਾ ਇਹਦਾ? ਇਹਦਾ ਵੀਰ ਜੀ ਮੁੱਲ ਆਪਾਂ ਪਿਛਲੀ ਯਾਰ ਵੀਡੀਓ ਕੀਤਾ ਇੱਕ ਵੀ, ਅਤੇ ਜਿਹੜੇ ਵੀਰ ਨੇ ਲੈਣੀ ਹੋਊਗੀ, ਜਿਹਦੀ ਵਿਚਾਰ ਬਣਦੀ ਆਪਦੀ ਅੰਗ ਤਸੱਲੀ ਕਰੇ, ਕੋਈ ਨਹੀਂ ਮਾਨਦਾਨ ਕਰ ਦਾਂਗਾ 1-20 ਚੋਂ। ਹਾਂ ਠੀਕ ਹੈ ਜੀ, 1 ਲੱਖ 20 ਤਸੱਲੀ ਕਰੇ, ਮਾਨਦਾਨ ਜਿਹੜਾ ਦੁੱਧ ਹੋ ਜਾਊਗਾ, ਠੀਕ ਆ। ਅਤੇ ਪਿਛਲੀ ਵੀਡੀਓ ਦੇ ਵਿੱਚ ਵੀ ਰੇਟ ਉਹੀ ਕੀਤਾ ਸੀਗਾ, ਉਦੋਂ 1-2 ਦਿਨਾਂ ਦੀ ਬੋਲੇ ਦੇ ਸੀ, ਠੀਕ ਆ। ਹੁਣ ਬਿਲਕੁਲ ਦੁੱਧ ਹਾਜ਼ਰ, 10 ਦਿਨ ਵੀ, 7ਵਾਂ ਦਿਨ ਅੱਜ ਸੂਈ, ਤੇ 20 ਦਿਨ ਸੂਆ ਹੁੰਦਾ ਮੈਂ ਦਾ, ਜਿਹੜੀ ਕੱਚੀ ਮੈਂ ਹੁੰਦੀ ਹੈ, ਠੀਕ ਹੈ ਨਾ ਵੀਰ ਜੀ। ਠੀਕ ਹੈ ਜੀ, ਤੇ ਫਸੂ ਇਹੋ ਸੀ ਅੱਜ ਜੀ? ਹਾਂਜੀ, ਸਾਨੂੰ ਸਾਰੇ ਇਹੀ, ਠੀਕ ਹੈ ਜੀ। ਤੇ ਬੋਸ ਕੇ ਵੀ ਸੇਵਕ ਨੰਬਰ ਆਪਣੇ 97813 5785, 97813 5785। ਸੋ ਦੋਸਤੋ, ਇਹ ਸਨ ਮੇਰੇ ਨਾਲ ਵੀਰ ਗੁਰਸੇਵਕ ਸਿੰਘ, ਠੀਕ ਹੈ ਜੀ, ਪਿੰਡ ਸ਼੍ਰੀ ਗੋਇੰਦਵਾਲ ਸਾਹਿਬ ਤੋਂ, ਤਹਿਸੀਲ ਖੰਡੂਰ ਸਾਹਿਬ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। 4 ਪਸ਼ੂ ਦਿਖਾਏ ਆ, 4 ਦੋਸਤੋ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦੀਆਂ ਨੇ। ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।